मेरे लिए एक बार फिर कैट। अगर जनता के मन में हमारे खिलाफ सवाल पैदा हुए हैं तो जवाब तो हमें देने पड़ेंगे ना तुझे। तुझे। ਸੁਸਾਸਰੀ ਗਾਲ ਬਾਈ ਸਾਰਿਆਂ ਨੂੰ ਹੋਪਸ ਸਾਰੇ ਜਾਨੀ ਬਿਲਕੁਲ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਹੋਮਗੇ ਅੱਜ ਦੀ ਵੀਡੀਓ ਦੇ ਵਿੱਚ ਬਾਬੇਓ ਆਪਾਂ ਕੋਈ ਰੈਕਟ ਨਹੀਂ ਕਰਨ ਜਾ ਰਹੇ ਨਾ ਕਿਸੇ ਗਾਣੇ ਤੇ ਨਾ ਕਿਸੇ ਟਰੇਲਰ ਤੇ ਠੀਕ ਆ ਅੱਜ ਦੀ ਵੀਡੀਓ ਹੈਗੀ ਆਪਣੇ ਚੈਨਲ ਦੀ ਸਭ ਤੋਂ ਪਹਿਲੀ ਰਿਵਿਊ ਵੀਡੀਓ ਤੇ ਅੱਜ ਆਪਾਂ ਬਾਬੇਓ ਇੱਕ ਵੈਬ ਸੀਰੀਜ਼ ਦਾ ਰਿਵਿਊ ਕਰਨ ਜਾ ਰਹੇ ਹਣਾ ਮੈਂ ਕੱਲ ਹੀ ਦੇਖੀ ਹੈਗੀ ਵੈਬ ਸੀਰੀਜ਼ ਤੇ ਆਪਾਂ ਉਹਦਾ ਰਿਵਿਊ ਬਣਾਇਆ ਤੇ ਬਈ ਇਹ ਜਿਹੜੀ ਵੈਬ ਸੀਰੀਜ਼ ਆ ਇਹਦਾ ਰਿਵਿਊ ਬਣਾਉਣਾ ਕਿਉਂ ਜ਼ਰੂਰੀ ਸੀਗਾ ਹਣਾ ਕਿਉਂਕਿ ਬਈ ਮਤਲਬ ਇਹ ਜਿਹੜੀ ਵੈਬ ਸੀਰੀਜ਼ ਬਾਹਰੋਂ ਜਿਹੇ ਜੀ ਦਿਖਦੀ ਆ ਠੀਕ ਆ ਅੰਦਰੋਂ ਉਹ ਜੀ ਨਹੀਂ ਹੈਗੀ ਇਹ ਵੈਬ ਸੀਰੀਜ਼ ਹਨਾ ਸੋ ਕੈਟ ਮੂਵੀ ਦਾ ਨਾਮ ਆ ਮਤਲਬ ਵੈਬ ਸੀਰੀਜ਼ ਦਾ ਨਾਮ ਆ ਕੈਟ ਤੇ ਕੈਟ ਵਰਡ ਸੁਣਦੇ ਹੀ ਹਨਾ ਆਪਣੇ ਮਤਲਬ ਦਿਮਾਗ ਦੇ ਵਿੱਚ ਸਭ ਤੋਂ ਪਹਿਲਾ ਜੇ ਕੋਈ ਖਿਆਲ ਆਉਂਦਾ ਹਨਾ ਉਹ ਆਉਂਦਾ ਬਿੱਲੀ ਠੀਕ ਆ ਪਰ ਜਿਹੜੀ ਇਹ ਵੈਬ ਸੀਰੀਜ਼ ਆ ਠੀਕ ਆ ਇਹਦੇ ਵਿੱਚ ਕੈਟ ਸ਼ਬਦ ਦਾ ਮਤਲਬ ਕੁਝ ਹੋਰ ਆ ਇਹ ਵੈਬ ਸੀਰੀਜ਼ ਦੇ ਵਿੱਚ ਕੈਟ ਸ਼ਬਦ ਦਾ ਮਤਲਬ ਹੈਗਾ ਇੱਕ ਜਸੂਸ ਠੀਕਾ ਇੱਕ ਸਪਾਈ ਇਹ ਜਿਹੜੇ ਜਸੂਸ ਹੁੰਦੇ ਸੀ ਇਹਨਾਂ ਜਸੂਸਾਂ ਨੂੰ ਹੀ ਕੈਟ ਕਿਹਾ ਜਾਂਦਾ ਸੀਗਾ ਤੇ ਇਹਨਾਂ ਨੂੰ ਮਤਲਬ 1984 ਦੇ ਟਾਈਮ 'ਚ ਜਦੋਂ ਮੰਨ ਕੇ ਚੱਲੋ ਖਾੜਕੂਵਾਦ ਦਾ ਟਾਈਮ ਸੀਗਾ ਹਨਾ ਤਾਂ ਉਸ ਟਾਈਮ ਦੇ ਵਿੱਚ ਖਾੜਕੂ ਸਿੰਘਾਂ ਦੇ ਜਥੇ ਦੇ ਵਿੱਚ ਪੁਲਿਸ ਦੁਆਰਾ ਕੁਝ ਜਿਹੜੇ ਮੰਨ ਕੇ ਚੱਲੋ ਇਹ ਇਦਾਂ ਦੇ ਕੈਟ ਹੁੰਦੇ ਸੀ ਹਨਾ ਉਹਨਾਂ ਨੂੰ ਉਹਨਾਂ ਦੇ ਜਥੇ ਦੇ ਵਿੱਚ ਸ਼ਾਮਲ ਕਰ ਦਿੱਤਾ ਜਾਂਦਾ ਸੀ ਠੀਕਾ ਤਾਂ ਜਦੋਂ ਉਹ ਉਹਨਾਂ ਦੇ ਜਥੇ ਜ ਸ਼ਾਮਲ ਹੋ ਜਾਂਦੇ ਸੀਗੇ ਤਾਂ ਉੱਥੋਂ ਦੀ ਜਿੰਨੀ ਵੀ ਇਨਫਰਮੇਸ਼ਨ ਸੀਗੀ ਹਨਾ ਉਹ ਸਾਰੀ ਪੁਲਿਸ ਤੱਕ ਪਹੁੰਚਾਉਂਦੇ ਸੀਗੇ ਉਹ ਠੀਕ ਆ ਤਾਂ ਉਹ ਉੱਤੋਂ ਦੇਖਣ 'ਚ ਤਾਂ ਇਹ ਲੱਗਦਾ ਸੀਗਾ ਵੀ ਹਨਾ ਸਾਥੀ ਆ ਉਹਨਾਂ ਦੇ ਪਰ ਅੰਦਰੋਂ ਉਹ ਜਸੂਸ ਹੁੰਦੇ ਸੀਗੇ ਤੇ ਇਸ ਕਰਕੇ ਉਹਨਾਂ ਨੂੰ ਕੈਟ ਗਿਆ ਜਾਂਦਾ ਸੀਗਾ ਹਨਾ ਤੇ ਬਾਕੀ ਬਾਈ ਕੈਡਸ ਨੂੰ ਨਾ ਪਾਵਰ ਬਹੁਤ ਦਿੱਤੀ ਗਈ ਸੀਗੀ ਸਰਕਾਰ ਵੱਲੋਂ ਤੇ ਮੰਨ ਕੇ ਚੱਲੋ ਪੁਲਿਸ ਵੱਲੋਂ ਠੀਕ ਆ ਉਹਨਾਂ ਨੂੰ ਕੋਈ Uh, मतलब रूक डोकणी ਹੁੰਦੀ ਸੀਗੀ ਕਈ ਕੈਟ ਤਾਂ ਮਤਲਬ ਇੰਨੇ ਜਿਆਦੇ ਪਾਵਰਫੁਲ ਹੋ ਗਏ ਸੀ ਨਾ ਉਹਨਾਂ ਟਾਈਮਾਂ ਦੇ ਵਿੱਚ ਜਿਵੇਂ ਅਜੀਤ ਸਿੰਘ ਪੂਲਾ ਠੀਕ ਆ ਸੋ ਉਹ ਦੇਖਣ ਜਿਹਦੇ ਵਿੱਚ ਤਾਂ ਮਤਲਬ ਪੂਰਾ ਨਹਿਂਗ ਸਿੰਘ ਬਾਣਾ ਸੀਗਾ ਹਨਾ ਪਾਇਆ ਵਾ ਪਰ ਮਤਲਬ ਅੰਦਰੋਂ ਤੁਸੀਂ ਸਾਰੇ ਜੇ ਸਰਚ ਕਰੋਗੇ ਅਜੀਤ ਸਿੰਘ ਪੂਲਾ ਕੌਣ ਸੀਗਾ ਤਾਂ ਤੁਹਾਨੂੰ ਉਹਦੇ ਕਾਰਨਾਮੇ ਪਤਾ ਲੱਗਣਗੇ ਬਾਕੀ ਬਈ ਯਾਰ ਸਿੱਧੂ ਮੂਸੇ ਵਾਲੇ ਬਾਈ ਦਾ ਜਿਹੜਾ ਗਾਣਾ ਆਇਆ ਸੀਗਾ ਐਸਓਵਾਈਐਲ ਹਨਾ ਉਹਦੇ ਵਿੱਚ ਇੱਕ ਬਲਵਿੰਦਰ ਸਿੰਘ ਜਟਾਣੇਗੇ ਹਨਾ ਮੰਨਿਆ ਜਾਂਦਾ ਵੀ ਜਿਹੜਾ ਉਹਨਾਂ ਦਾ ਪਰਿਵਾਰ ਸੀਗਾ ਠੀਕ ਆ ਉਹਨਾਂ ਨੂੰ ਇੱਕ ਕੈਟ ਨਹੀਂ ਯਾਨੀ ਕਿ ਅਜੀਤ ਸਿੰਘ ਪੂਲੇ ਨੇ ਜਉਂਦੇ ਜੀ ਸਾੜਤਾ ਸੀ ਸਾਰੇ ਪਰਿਵਾਰ ਨੂੰ ਇੰਨੇ ਜਿਆਦੇ ਪਾਵਰਫੁਲ ਹੋ ਚੁੱਕੇ ਸੀਗੇ ਕੈਟ ਉਹਨਾਂ ਟਾਈਮਾਂ 'ਚ ਸੋ ਭਾਈ ਇਹ ਤਾਂ ਹੋ ਗਿਆ ਕੈਟ ਸਾਬ ਦਾ ਮਤਲਬ ਹੁਣ ਆਪਾਂ ਗੱਲ ਕਰਦੇ ਆਂ ਵੈਬ ਸੀਰੀਜ਼ ਦੀ ਤਾਂ ਮੇਰਾ ਇਹ ਵੈਬ ਸੀਰੀਜ਼ ਦੇਖਣ ਦਾ ਮਕਸਦ ਸੀਗਾ 1984 ਦੇ ਜਿਹੜੇ ਦੰਗੇ ਹੋਇਆ ਠੀਕ ਆ ਵੀ ਉਹਨਾਂ ਬਾਰੇ ਕੁਝ ਜਾਣਕਾਰੀ ਮਿਲੇ ਜਾਂ ਪਤਾ ਲੱਗੇ ਵੀ ਵੈਬ ਸੀਰੀਜ਼ ਦੇ ਵਿੱਚ ਕੀ ਚੀਜ਼ਾਂ ਦਿਖਾਈਆਂ ਗੀਆਂ 9284 ਬਾਰੇ ਪਰ ਭਾਈ ਜਦੋਂ ਮੈਂ ਇਹ ਜਿਹੜੀ ਵੈਬ ਸੀਰੀਜ਼ ਦਾ ਪਹਿਲਾ ਐਪੀਸੋਡ ਦੇਖਿਆ ਤਾਂ ਮਤਲਬ ਪਹਿਲੇ ਐਪੀਸੋਡ ਨੇ ਹਲਾ ਕੇ ਰੱਖਤਾ ਮਨ ਨੂੰ ਕਿਉਂਕਿ ਭਾਈ ਜਿਹੜਾ ਪਹਿਲਾ ਐਪੀਸੋਡ ਸੀ ਉਹਦੇ ਵਿੱਚ ਹੀ ਆਪਾਂ ਨੂੰ ਮਤਲਬ ਇਹ ਚੀਜ਼ ਦਿਖਾਈ ਜਾਂਦੀ ਆ ਵੀ ਪੰਜਾਬ ਇੱਕ ਨਰਕਾ ਠੀਕ ਆ ਤੇ ਜਿਹੜੇ ਪੰਜਾਬੀ ਨੌਜਵਾਨ ਆ ਉਹ ਸਾਰੇ ਨਸ਼ੇੜੀ ਆ ਗੁਰਨਾਮ ਜੋ ਆਗ ਆਜ ਤੇਰੇ ਘਰ ਲੱਗੀ ਹੈ وہی ਆਗ ਆਇਸਤਾ-ਇਸਤਾ ਸਾਰੇ ਪੰਜਾਬ ਨੂੰ ਜਲਾ ਰਹੀ ਹੈ ਇਕਾ ਇੰਨਾ ਜਿਆਦਾ ਨਿਸ਼ਾਨ ਦਿਖਾਇਆ ਗਿਆ ਹਨਾ ਇੰਨਾ ਮਤਲਬ 네ਗੇਟਿਵ ਵੇ ਨਾ ਦਿਖਾਇਆ ਗਿਆ ਉਹ ਚੀਜ਼ ਨੂੰ ਹਨਾ ਸੋ ਮੈਨੂੰ ਦੇਖ ਕੇ ਉਹ ਚੀਜ਼ ਮਹਿਸੂਸ ਹੋਈ ਮੈਨੂੰ ਪਹਿਲਾਂ ਪਹਿਲਾਂ ਇਹ ਚੀਜ਼ ਲੱਗੀ ਸੀਗੀ ਵੀ ਜਿਹੜੀ ਇਹ ਵੈਬ ਸੀਰੀਜ਼ ਆਗੀ ਉਹ ਮਤਲਬ 1984 ਦੇ ਦੰਗਿਆਂ ਦੇ ਨੇੜੇ ਤੇੜੇ ਘੁੰਮ ਰਹੀ ਹੋਊਗੀ ਹਨਾ ਇੱਕ ਫੈਮਿਲੀ ਵੈਬ ਸੀਰੀਜ਼ ਹੋਊਗੀ ਪਰ ਬਈ ਜਦੋਂ ਵੈਬ ਸੀਰੀਜ਼ ਦੇਖੀ ਤਾਂ ਮਤਲਬ ਇਹ ਵੈਬ ਸੀਰੀਜ਼ ਦੇ ਵਿੱਚ ਇੰਨੇ ਜਿਆਦੇ ਗੰਦੀ ਲੈਂਗੁਏਜ ਦੀ ਵਰਤੋਂ ਕੀਤੀ ਗਈ ਸੀਗੀ ਨਾ ਮਤਲਬ ਮੈਂ ਦੱਸ ਵੀ ਨਹੀਂ ਸਕਦਾ ਇੱਥੇ ਹਨਾ ਸੋ ਅਪਾ ਕਹਿ ਸਕਦੇ ਆ ਮਤਲਬ ਯਾਰ ਦਿਮਾਗ ਹੇਲੇ ਜਾਂਦਾ ਹਨਾ ਖਰੀ ਗੱਲ ਮਤਲਬ ਗੱਲਾਂ ਘੱਟ ਕੀਤੀਆਂ ਗੀਆਂ ਗਾਲਾਂ ਜਾਦੀ ਕੱਢੀਆਂ ਗੀਆਂ ਵੈਬ ਸ੍ਰੀ ਦੇ ਵਿੱਚ ਹਨਾ ਸੋ ਗਾਲਾਂ ਵੀ ਪੂਰੀਆਂ ਮਤਲਬ ਸੱਭਿਆਚਾਰਕ ਗਾਲਾਂ ਇਹ ਜੀ ਗੱਲ ਨਹੀਂ ਹੈਗੀ ਵੀ ਮਤਲਬ ਕੋਈ ਜਿਵੇਂ ਹਲਕੀਆਂ ਫੁੜਕੀਆਂ ਗਾਲਾਂ ਹੁੰਦੀਆਂ ਹਨਾ ਸਾਲਾ ਸੂਲਾ ਕਹਿੰਦਾ ਹਨਾ ਨੋ ਬਹੁਤ ਜ਼ਿਆਦਾ ਗਲਤ ਲੈਂਗੁਏਜ ਵਰਤੀ ਗਈ ਆ ਬਈ ਇਹ ਵੈਬ ਸ੍ਰੀ ਦੇ ਵਿੱਚ ਤੇ ਬਾਕੀ ਰਹੀ ਬਈ ਵਲਗਰ ਸੀਨਸ ਦੀ ਗੱਲ ਠੀਕ ਆ ਤਾਂ ਮਤਲਬ ਮੈਂ ਜਮਾਂ ਵੀ ਐਕਸਪੈਕਟ ਨਹੀਂ ਸੀ ਕੀਤਾ ਵੀ ਇਹੋ ਜੀ ਵੈਬ ਸੀਰੀਜ਼ ਦੇ ਵਿੱਚ ਹਨਾ ਜਿਹੜੀ ਇਹੋ ਜੇ ਟੌਪਿਕ ਤੇ ਬਣੀ ਹੋਈ ਆ ਹਨਾ ਉਹਦੇ ਵਿੱਚ ਇੰਨੇ ਜ਼ਿਆਦਾ ਬਲਗਰ ਸੀਨ ਹੋ ਸਕਦੇ ਆ ਹਨਾ ਸੋ ਮੈਂ ਇੱਥੇ ਬੋੜ ਕੇ ਵੀ ਨਹੀਂ ਦੱਸ ਸਕਦਾ ਜਿਹੜੇ ਸੀਨ ਮਤਲਬ ਉਹਦੇ ਵਿੱਚ ਪਾਏ ਗਏ ਆ ਹਨਾ ਸੋ ਬਾਬੇ ਉਹ ਕੁੱਲ ਮਿਲਾ ਕੇ ਜੇ ਤੁਸੀਂ ਇਹ ਵੈਬ ਸੀਰੀਜ਼ ਨੂੰ ਇਹ ਸੋਚ ਕੇ ਦੇਖਣਾ ਚਾਹੁੰਦੇ ਹੋ ਵੀ ਤੁਹਾਨੂੰ ਇਹ ਵੈਬ ਸੀਰੀਜ਼ ਚ ਕੋ ਸਿੱਖਣ ਨੂੰ ਮਿਲੂਗਾ ਤਾਂ ਤੁਹਾਨੂੰ ਇਹ ਵੈਬ ਸੀਰੀਜ਼ ਚ ਸਿਰਫ ਤੇ ਸਿਰਫ ਇੱਕ ਚੀਜ਼ ਸਿੱਖਣ ਨੂੰ ਮਿਲੂਗੀ ਵੀ ਕਿਵੇਂ ਇੱਕ ਗਲਤ ਬੰਦੇ ਤੇ ਕੀਤਾ ਗਿਆ ਯਕੀਨ ਪੂਰੇ ਦੇ ਪੂਰੇ ਸਾਮਰਾਜ ਨੂੰ ਖਤਮ ਕਰ ਸਕਦਾ ਬੰਦਾ ਕਿੰਨਾ ਮਰਜੀ ਪਾਵਰਫੁਲ ਹੋਵੇ ਪਰ ਜੇ ਉਹਨੇ ਇੱਕ ਗਲਤ ਬੰਦੇ ਤੇ ਵਿਸ਼ਵਾਸ ਕੀਤਾ ਤਾਂ ਸਭ ਕੁਝ ਖਤਮ ਕਰ ਸਕਦਾ ਉਹ ਇੱਕ ਬੰਦਾ ਇਸ ਤੋਂ ਇਲਾਵਾ ਜੇ ਤੁਸੀਂ 1984 ਲਈ ਇਹ ਵੈਬ ਸੀਰੀਜ਼ ਦੇਖਣਾ ਚਾਹੁੰਦੇ ਆ ਤਾਂ ਇਹਦੀ ਜਗ੍ਹਾ ਤੁਸੀਂ ਮਸੰਦ ਫਿਲਮ ਦੇਖ ਸਕਦੇ ਹੋ ਰੱਬੀ ਬਾਈ ਦੀ ਆ ਨਵੀਂ ਮੂਵੀ ਆ ਉਹਨੂੰ ਜਾ ਕੇ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਉਹਦੇ ਵਿੱਚ ਸਾਰਾ ਕੁਝ ਦਿਖਾਇਆ ਗਿਆ ਤੇ ਜੇ ਬਾਬੇਓ ਤੁਸੀਂ ਕਰਨਾ ਚਾਹੁੰਦੇ ਹੋ ਆਪਦਾ ਐਂਟਰਟੇਨਮੈਂਟ ਤਪ ਫੁੱਲ ਆਫ ਐਂਟਰਟੇਨਮੈਂਟ ਵਾਲੀ ਵੈਬ ਸੀਰੀ ਚਾਹੀਦੀ ਆ ਤੁਹਾਨੂੰ ਤਾਂ ਇਹ ਵਨ ਆਫ ਦੀ ਬੈਸਟ ਵੈਬ ਸੀਰੀ ਹੈ ਜਿਹੜੀ ਨੈਟਫਲਿਕਸ ਤੇ ਤੁਹਾਨੂੰ ਦੇਖਣ ਨੂੰ ਮਿਲੂਗੀ ਆ ਵਹੀ ਦੇਖ ਰਹੇ ਹਨ ਵਹੀ ਸਮਝ ਰਹੇ ਹਨ ਜੋ ਬੰਦਾ ਆਪਕੋ ਦਿਖਾ ਰਹਾ ਹੈ ਸਮਝ ਗਏ ਕਿਉਂਕਿ ਬਈ ਪਹਿਲੇ ਐਪੀਸੋਡ ਤੋਂ ਲੈ ਕੇ ਐਂਡ ਵਾਲੇ ਐਪੀਸੋਡ ਤੱਕ ਹਨਾ ਹਰੇਕ ਐਪੀਸੋਡ ਹਰੇਕ ਨਵੀਂ ਕਹਾਣੀ ਲੈ ਕੇ ਆਊਗਾ ਤੇ ਹਰੇਕ ਕੈਰੈਕਟਰ ਆ ਜਿਹੜਾ ਹਨਾ ਉਹਦੀ ਆਪਦੀ ਇੱਕ ਸਟੋਰੀ ਹੋਊਗੀ ਜਿਹਦੇ ਨਾਲ ਤੁਸੀਂ ਮਤਲਬ ਜੁੜੇ ਰਹੋਗੇ ਇਹ ਵੈਬ ਸੀਰੀਜ਼ ਦੇ ਨਾਲ ਇਹ ਨਹੀਂ ਹੈਗਾ ਵੀ ਇੱਕ ਛੋਟੀ ਜੀ ਸਟੋਰੀ ਆ ਤੇ ਉਹਨੂੰ ਹੀ ਖਿੱਚ-ਖਿੱਚ ਕੇ ਲੰਮਾ ਕਰੀ ਜਾਂਦੇ ਆ ਹਨ ਜਿਹਦੇ ਨਾਲ ਮੰਨ ਕੇ ਚਲੋ ਬੰਦਾ ਬੋਰ ਵੀ ਹੋਣ ਲੱਗ ਜਾਂਦਾ ਸੋ ਮੈਂ ਨਹੀਂ ਕਹਿੰਦਾ ਵੀ ਜਿਵੇਂ ਮੈਂ ਇਹ ਵੈਬ ਸੀਰੀਜ਼ ਦੇਖੀ ਤਾਂ ਮੈਂ 5 ਮਿੰਟ ਵੀ ਇਹ ਵੈਬ ਸੀਰੀਜ਼ ਤੋਂ ਬੋਰ ਨਹੀਂ ਹੋਇਆ ਸੋ ਇਸ ਕਰਕੇ ਇੰਟਰਟੇਨਮੈਂਟ ਦੇ ਪਰਪਸ ਲਈ ਜੇ ਤੁਸੀਂ ਇਹ ਵੈਬ ਸੀਰੀਜ਼ ਨੂੰ ਦੇਖਣਾ ਚਾਹੁੰਦੇ ਹੋ ਤਾਂ ਯਾਰ ਤੁਸੀਂ ਨਿਰਾਸ਼ ਨਹੀਂ ਹੁੰਦੇ ਇੰਟਰਟੇਨਮੈਂਟ ਤੁਹਾਡਾ ਫੁੱਲ ਹੋਊਗਾ ਤੇ ਬਾਕੀ ਬਾਈ ਜਿੰਨੇ ਵੀ ਐਕਟਰਾਂ ਨੇ ਕੰਮ ਕੀਤਾ ਨਾ ਇਹ ਵੈਬ ਸੀਰੀਜ਼ ਦੇ ਵਿੱਚ ਸਾਰਿਆਂ ਨੇ ਬਹੁਤ ਜ਼ਾਰੇ ਵਧੀਆ ਤਰੀਕੇ ਨਾਲ ਦਾ ਕਰੈਕਟਰ ਪਲੇ ਕੀਤਾ ਹਨ ਮਤਲਬ ਕੋਸ਼ ਜਿਹੜੇ ਬੁਰੇ ਕਰੈਕਟਰ ਵੀ ਆ ਹਨ ਤਾਂ ਬੁਰੇ ਕਰੈਕਟਰਾਂ ਦਾ ਵੀ ਉਹਨਾਂ ਨੇ ਇੱਕ ਮਤਲਬ ਚੰਗਾ ਪਾਸਾ ਦਿਖਾਇਆ ਠੀਕ ਆ ਉਹਨਾਂ ਦੀ ਆਪਣੀ ਸਟੋਰੀ ਦਿਖਾਈ ਆ ਵੀ ਮਤਲਬ ਜੇ ਕੋਈ ਮਤਲਬ ਮੈਂ ਬੁਰਾਗਾ ਠੀਕ ਆ ਮੈਂ ਲੱਖ ਬੁਰਾ ਹੋਊਗਾ ਪਰ ਮੇਰੇ 'ਚ ਵੀ ਕੁਝ ਨਾ ਕੁਝ ਚੰਗੀਆਂ ਚੀਜ਼ਾਂ ਹੋਣਗੀਆਂ ਹਨ ਤਾਂ ਉਹ ਜਿਹੜੀ ਚੰਗੀ ਸਾਈਡ ਆ ਹਨਾ ਬੁਰੇ ਕੈਰੈਕਟਰਾਂ ਦੀ ਉਹ ਵੀ ਦਿਖਾਈ ਗਈ ਆਗੀ ਤੇ ਕੁਝ ਕੈਰੈਕਟਰ ਇਹੇ ਜੇ ਹੋਣਗੇ ਜਿਨ੍ਹਾਂ ਤੇ ਤੁਹਾਨੂੰ ਕੇਰਾਂ ਦਾ ਬਹੁਤ ਜ਼ਿਆਦਾ ਗੁੱਸਾ ਚੜੂਗਾ ਹਨਾ ਤੇ ਫਿਰ ਤੁਹਾਨੂੰ ਮਤਲਬ ਉਹ ਤੇ ਤਰਸ ਵੀ ਆਉਣ ਲੱਗ ਜੂਗਾ ਸੋ ਇਸ ਕਰਕੇ ਯਾਰ ਮਤਲਬ ਯਾਰ ਬਹੁਤ ਜ਼ਿਆਦਾ ਘੈਂਟ ਤਰੀਕੇ ਦੇ ਨਾਲ ਕੈਰੈਕਟਰ ਸਕੈਚ ਕੀਤਾਗਾ ਜਿਹੜੇ ਬਾਈ ਨੇ ਲਿਖੀ ਆ ਇਹ ਵੈਬ ਸੀਰੀਜ਼ ਇੱਕ ਪਾਸੇ ਆਪਾਂ ਨੂੰ ਮਤਲਬ ਦੇਖਣ ਨੂੰ ਮਿਲੂਗਾ ਅ ਜਿਵੇਂ ਮੰਨ ਕੇ ਚੱਲੋ 1984 85 ਦਾ ਟਾਈਮ ਉਦੋਂ ਦੀ ਸਟੋਰੀ ਤੇ ਦੂਜੇ ਪਾਸੇ ਆਪਾਂ ਨੂੰ 2007 8 ਦਾ ਟਾਈਮ ਦੇਖਣ ਨੂੰ ਮਿਲੂਗਾ ਠੀਕ ਆ ਮਤਲਬ ਅੱਜ ਦਾ ਟਾਈਮ ਨਹੀਂ 2022 ਨਹੀਂ ਦਿਖਾਇਆ ਗਿਆ ਉਹਦੇ ਵਿੱਚ ਉਹਦੇ ਚ ਦਿਖਾਇਆ ਗਿਆ 2007 8 ਠੀਕ ਆ ਤਾਂ ਉਹ ਉਹ ਟਾਈਮ ਤੇ ਜਿਹੜੇ ਮੋਬਾਈਲ ਚੱਲਦੇ ਸੀ ਹਨਾ ਨੋਕੀਆ 3310 ਨੋਕੀਆ 3110 ਹਨਾ 6600 ਨੋਕੀਆ 1100 ਇਹ ਜਿਹੇ ਫੋਨ ਚੱਲਦੇ ਸੀਗੇ ਤਾਂ ਉਹੀ ਫੋਨ ਦਿਖਾਏ ਗਏ ਆ ਇੰਨੀਆਂ ਬਰੀਕੀਆਂ ਤੇ ਧਿਆਨ ਦਿੱਤਾ ਗਿਆ ਹਨਾ ਉਸ ਟਾਈਮ ਜਿਹੜੀਆਂ ਗੱਡੀਆਂ ਚੱਲਦੀਆਂ ਸੀ ਜਿਵੇਂ ਜੈਪਸੀ ਹੋਊਗੀ ਕੁਵਾਲਸ ਹੋਊਗੀ ਤੇ ਮੰਨ ਕੇ ਚਲੋ ਹੋਰ ਕਿਹੜੀਆਂ ਜੀਂਆਂ ਜਿਵੇਂ ਹਾਂ ਜਿਵੇਂ ਕੋਈ ਅਮੀਰ ਕਰੈਕਟਰ ਦਿਖਾਇਆ ਗਿਆ ਹਨਾ ਜਿਵੇਂ ਲਾਡੀ ਦਿਖਾਇਆ ਗਿਆ ਸੀਗਾ ਤਾਂ ਉਹਦੇ ਕੋ ਪਜੈਰੋ ਦਿਖਾਈ ਗਈ ਆ ਠੀਕ ਆ ਤਾਂ ਮਤਲਬ ਅਜੜੀਆਂ ਕਾਰਾਂ ਵੀ ਨਹੀਂ ਦਿਖਾਉਣੀਆਂ ਇਹਨਾਂ ਬਰੀਕੀ ਦੇ ਨਾਲ ਮਤਲਬ ਵੈਬ ਸੀਰੀਜ਼ ਤੇ ਕੰਮ ਕੀਤਾ ਗਿਆ ਬਾਈ ਮੈਂ ਬਹੁਤ ਜ਼ਿਆਦਾ ਸ਼ਕੀਨ ਆ ਹਨਾ ਗਾਣੇ ਸੁਣਦਾ ਵੈਬ ਸੀਰੀਜ਼ ਦੇਖਣ ਦਾ ਪਰ ਇਹ ਜਿਹੜੀ ਵੈਬ ਸੀਰੀਜ਼ ਆ ਨਾ ਬਾਈ ਇਹ ਪਹਿਲੀ ਇਹੋ ਜੀ ਵੈਬ ਸੀਰੀਜ਼ ਹੈਗੀ ਜਿਹਨੂੰ ਦੇਖ ਕੇ ਮੈਨੂੰ ਇਹ ਫੀਲ ਹੋਇਆ ਵੀ ਆਰ ਬਹੁਤ ਜਲਦੀ ਖਤਮ ਹੋਊਗੀ ਹਣਾ ਅੱਗੇ ਜਦੋਂ ਮੈਂ ਹੋਰ ਕੋਈ ਵੀ ਵੈਬ ਸੀਰੀਜ਼ ਦੇਖਦਾ ਹਨਾ ਮਤਲਬ ਹਾਲੀਵੁੱਡ ਵਾਲਿਆਂ ਦੇ ਗੋਰਿਆਂ ਵਾਲੀਆਂ ਵੈਬ ਸੀਰੀਜ਼ਾਂ ਆ ਹਨਾ ਤਾਂ ਉਹਨਾਂ ਦੇ ਵਿੱਚ ਇਵਨ ਮਨੀ ਹਾਈਸਟ ਠੀਕ ਆ ਮੇਰੀ ਮਤਲਬ ਫੇਵਰੇਟ ਵੈਬ ਸੀਰੀਜ਼ ਆ ਠੀਕ ਆ ਉਹਦੇ ਵਿੱਚ ਵੀ ਮੈਨੂੰ ਕਿਤੇ ਨਾ ਕਿਤੇ ਇਹ ਮਹਿਸੂਸ ਹੁੰਦਾ ਸੀ ਯਾਰ ਸਟੋਰੀ ਨੂੰ ਬੜਾ ਲੰਮਾ ਖਿੱਚੀ ਜਾਂਦੇ ਆ ਠੀਕ ਆ ਪਰ ਜਿਹੜੀ ਇਹ ਵੈਬ ਸੀਰੀਜ਼ ਆ ਕੈਟ ਬਹੁਤ ਜ਼ਿਆਦੇ ਬੰਬ ਮਤਲਬ ਕਿਤੇ ਵੀ ਨਹੀਂ ਤੁਹਾਨੂੰ ਇਹ ਮਹਿਸੂਸ ਹੋਣਾ ਬੋਰਿੰਗ ਦਾ ਤਾਂ ਨਾਮਾ ਨਿਸ਼ਾਨੀ ਨਹੀਂ ਹੈ ਨਾ ਤੋ ਇਸ ਕਰਕੇ ਬਾਈ ਜੇ ਤੁਸੀਂ ਐਂਟਰਟੇਨਮੈਂਟ ਲਈ ਦੇਖਣਾ ਚਾਹੁੰਦੇ ਹੋ ਤਾਂ ਬਿਲਕੁਲ ਦੇਖ ਸਕਦੇ ਹੋ ਇਹ ਵੈਬ ਸੀਰੀ ਬਹੁਤ ਜ਼ਿਆਦਾ ਘੈਂਟ ਆ ਤੇ ਜੇ ਤੁਸੀਂ 1984 ਲਈ ਦੇਖਣਾ ਚਾਹੁੰਦੇ ਹੋ ਤਾਂ ਮਤਲਬ ਉਹੋ ਜਿਹਾ ਕੁਝ ਨਹੀਂ ਹੈਗਾ ਇਹਦੇ ਵਿੱਚ ਸਿਰਫ ਨਾਮ ਇਸਤੇਮਾਲ ਕੀਤਾ ਗਿਆ ਸਿਰਫ ਆਪਾਂ ਕਹਿ ਸਕਦੇ ਹਾਂ ਸਟੋਰੀ ਇਸਤੇਮਾਲ ਕੀਤੀ ਗਈ ਹੈਗੀ ਸੋ ਬਾਈ ਇਹੀ ਸੀਗੀ ਆਪਣੀ ਅੱਜ ਦੀ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਤੁਹਾਨੂੰ ਕਿਵੇਂ ਲੱਗੀ ਇਹ ਵੀਡੀਓ ਤੇ ਕਿਵੇਂ ਲੱਗਿਆ ਆਪਣਾ ਰਿਵਿਊ ਤੇ ਕਮੈਂਟ ਕਰਕੇ ਬਈ ਐ ਵੀ ਜਰੂਰ ਦੱਸਿਓ ਵੀ ਆਪਾਂ ਹੋਰ ਵੀ ਵੈੱਬ ਸੀਰੀਜ਼ਾਂ ਤੇ ਗਾਣਿਆਂ ਤੇ ਐਲਬਮਾਂ ਤੇ ਰਿਵਿਊ ਕਰਾਇਆ ਕਰੀਏ ਜਾਂ ਨਾ ਕਰਾਇਆ ਕਰੀਏ ਸੋ ਕਮੈਂਟ ਕਰਕੇ ਜਰੂਰ ਦੱਸਿਓ ਕੋਈ ਘਾਟ ਬਾੜ ਕਰਨੀ ਆ ਹਨਾ ਤਾਂ ਉਹ ਚੀਜ਼ ਵੀ ਜਰੂਰ ਦੱਸਿਓ ਤੇ ਬਸ ਬਾਬੇ ਉਹੀ ਸੀਗੀ ਆਪਣੀ ਅੱਜ ਦੀ ਵੀਡੀਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਆਪਣੇ ਨੂੰ ਕਰ ਦਿਓ ਸਬਸਕ੍ਰਾਈਬ ਨਾਲ ਲਗਾ ਕੰਟੀ ਦਾ ਬਟਨ ਦਬਿਓ ਤਾਂ ਕਿ ਸਾਡੀ ਆਉਣ ਵਾਲੀ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਦੇਖਣ ਥੈਂਕਸ ਫॉर ਵਾਚਿੰਗ ਗਾਈਜ਼ Give me your mic without a wire. Signs steadily, signs steadily.